ਕगजਦੇ ਬੁਲਾਰੇ ਮਨਦੀਪ ਸਿੰਘ ਗੋਰਾ ਗੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਗੁੰਡੇ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਨੀਅਤ ਅਜੇ ਵੀ ਸਾਫ਼ ਨਹੀਂ ਹੈ ਕਦੇ ਪੁਲਿਸ ਰਾਹੀਂ ਤੇ ਕਦੀ ਆਰਐਸਐਸ ਦੇ ਭਾਜਪਾ ਦੇ ਗੁੰਡੇ ਭੇਜ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ ਪਰੰਤੂ ਸੱਪਾਂ ਦੀਆਂ ਸਿਰੀਆਂ ਮਿੱਦਣ ਵਾਲੇ ਕਿਸਾਨ ਡਰਨ ਵਾਲੇ ਨਹੀਂ ਹਨ ਸਿੱਖ ਪੇਸ ਵਿੱਚ ਬਹਿਰੂਪੀਆ ਸੰਘਰਸ਼ ਵਿੱਚ ਵੜੇ ਜਾ ਰਹੇ ਹਨ ਅੱਜ ਇਹਨਾਂ ਰਾਲਾ ਵੇਖੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਗੋਰਾ ਗੱਲ ਨੇ ਆਖਿਆ ਕਿ ਕਿਸਾਨਾਂ ਵਿੱਚ ਉਸ ਸਮੇਂ ਵੱਡੀ ਸ਼ਹਿਨਸ਼ੀਲਤਾ ਵੇਖਣ ਨੂੰ ਮਿਲੀ ਜਦੋਂ ਮੋਦੀ ਦੇ ਗੁੰਡੇ ਸਿੰਘੂ ਬਾਰਡਰ ਤੇ ਪੱਥਰ ਮਾਰ ਰਹੇ ਸਨ ਮੰਦੀ ਸ਼ਬਦਾਂ ਵਾਲੀ ਬੋਲ ਰਹੇ ਸਨ ਪਰੰਤੂ ਕਿਸਾਨ ਵੀਰ ਹੱਥ ਜੋੜ ਕੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਹਿ ਰਹੇ ਸਨ ਉਹਨਾਂ ਆਖਿਆ ਕਿ ਕਾਰਪੋਰੇਟ ਕਰਾਣਿਆਂ ਦੀ ਸ਼ਹਿਤੇ ਹਕੂਮਤ ਦੇ ਨਸ਼ੇ ਵਿੱਚ ਹੰਕਾਰ ਮੱਦੀ ਕਿਸਾਨਾਂ ਦੀ ਸ਼ਾਂਤਪਾਈ ਸੰਘਰਸ਼ ਨੂੰ ਖਰਾਬ ਕਰਨਾ ਚਾਹੁੰਦੀ ਹੈ ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਲੋਕ ਆਪਣੇ ਹੱਕਾਂ ਤੇ ਆਪ ਪੈਰਾ ਦੇਣਾ ਜਾਣਦੇ ਹਨ 26 ਜਨਵਰੀ ਨੂੰ ਇਨ੍ਹਾਂ ਦੇ ਹੀ ਬੰਦਿਆਂ ਨੇ ਲਾਲ ਕਿਲੇ ਤੇ ਝੰਡਾ ਚੜਾਇਆ ਪਰੰਤੂ ਇਹ ਸਾਰੀ ਅਸਲੀਅਤ ਸਾਹਮਣੇ ਆ ਗਈ ਹੈ ਕਿ ਕੇਂਦਰ ਸਰਕਾਰ ਲਈ ਬਹੁਤ ਵੱਡਾ ਝਟਕਾ ਹੈ ਸਰਕਾਰ ਦੀ ਦੇਸ਼ ਵਿਰੋਧੀ ਆਪ ਖੁਦਰੀਆਂ ਕਾਰਵਾਈਆਂ ਕਰਨ ਹਾਲਤ ਵਿਗੜ ਸਕਦੇ ਹਨ ਬਿਨਾਂ ਕਾਰਨ ਸੰਘਰਸ਼ਕ ਕਿਸਾਨੀ ਜਥੇਬੰਦੀ ਤੇ ਪੁਲਿਸ ਫੋਰਸਾਂ ਦਾ ਨੁਕਸਾਨ ਹੋ ਸਕਦਾ ਜੇਕਰ ਅਜਿਹਾ ਕੁਝ ਹੋਇਆ ਤਾਂ ਇਸ ਦੀ ਜਵਾਬਦੇਹੀ ਕੇਂਦਰ ਸਰਕਾਰ ਦੀ ਹੋਵੇਗੀ ਗੋਦੀ ਮੀਡੀਆ ਵੱਲੋਂ ਕਿਸਾਨ ਸੰਘਰਸ਼ ਖਿਲਾਫ ਕੀਤੇ ਜਾ ਰਹੇ ਧੂਆਂ ਧਾਰ ਪ੍ਰਚਾਰ ਦੀ ਨਿੰਦਿਆ ਕਰਦੇ ਹਨ ਕਿਹਾ ਭਾਜਪਾ ਸਾਰੇ ਚਾਣਨਾ ਭਾਜਪਾ ਦੇ ਆਗੂਆਂ ਦੇ ਹਨ ਉਹੀ ਕਿਸਾਨਾਂ ਤੇ ਸਿੱਖੋਂ ਨੂੰ ਨਿਸ਼ਾਨਾ ਬਣਾ ਕੇ ਗਲਤ ਪ੍ਰਚਾਰ ਕਰ ਰਹੇ ਹਨ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਦਿੱਲੀ ਵੱਲ ਵਹੀਦਾ ਘਤ ਦੇਰ ਤਾਂ ਸਾਨੂੰ ਉਥੇ 66 ਦਿਨਾਂ ਤੋਂ ਬੈਠੇ ਕਿਸਾਨਾਂ ਦਾ ਮਨੋਬਲ ਵਧਾਇਆ ਜਾਵੇ ਹਲਕੇ ਦੇ ਸਰਪੰਚ ਪੰਚ ਸਮਾਸੀ ਵੀ ਜਥੇਬੰਦੀਆਂ ਮੁਹਤਵਾਰ ਵਿਅਕਤੀਆਂ ਨੂੰ ਵੀ ਇਸ ਸੰਘਰਸ਼ ਵਿੱਚ ਵੱਧ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਜੋਥਾਗੂ ਦਲਜੀਤ ਸਿੰਘ ਨੜਾਲਾ ਸੰਜੀਪ ਕੁਮਾਰ ਜੋਸ਼ੀ ਜੈ ਜਗਤ ਜੋਸ਼ੀ ਅਤੇ ਹੋਰ ਹਾਜ਼ਰ ਸਨ